हां जी मेरे वीरियो की है हाल चाल। आप पहुंच गए एक होर थोड़े ना वीडियो लेके। ये अपना दीपा भरा ऑपरेटर ते आज आप इन्हां दी दवांगे इनफॉर्मेशन थानू जिदा ऑपरेटर बारे की मुश्किलों का सामना करना पैंदा। इत्थे आ के की मुश्किलों का सामना करना पैंदा बंदे नू ऑपरेटरां नू। ठीक है ते अज थानू सारी वीडियो दिखावांगे इन्हां दा काम भी ते इन्हां दे बारे जानकारी भी सारी दवांगे की हिसाब किताब आ। ठीक है जी बने रहो वीडियो दे। हाँ जी दीपे भा दसो अपने वीरां नू तुहानू किन्ना टाइम हो गया आया नू? डेढ़ साल हो गया। डेढ़ साल तुसीं पहला मेरे हिसाब नाल होर भी कंपनी च काम किया? पहले दूजी कंपनी सी। अच्छा हुण इस कंपनी च आया नू किन्ना टाइम हो गया? इत्थे हो गए 6 महीने। 6 महीने भी तां तां आया नू साडे तों वध टाइम हो गया। हांजी वध जानकारी है तुहानू? लोडर नहीं लगे होंगे अगे जो बड़े बागट होंगे इधर भी लगे पे है बाकी सेम ही लीवर सेम ही है छोटिया गलियां पाइप लाइन दे काम ते मशीनां आ। ठीक है जिहड़ियां वड्डियां वड्डियां कैट दियां मशीनां आ ओह वड्डियां फील्ड च काम करदियां ऑन फील्ड जिहड़ा वड्डी ग्राउंड हो गई रोड ते हो गई आ पता नहीं लगता केड़ी मशीन कदो फड़ांदे आ। ए भी दस दो कित्थों भरदे आ जमा कर लेना है ਤੁਹਾਨੂੰ ਦੂਜਾ ਲਾਇਸੈਂਸ 1 ਮਹੀਨੇ ਦੇ ਅੰਦਰ ਦੇਣਾ ਤੁਹਾਡਾ ਮੈਡੀਕਲ ਕਰਵਾ ਕੇ ਜੋ ਵੀ ਪੁਲਿਸ ਦੀ ਹੁੰਦੀ ਜੋ ਵੀ ਹੈ ਨਾ ਉਹ ਵੀ ਆਪਾਂ ਗੱਲ ਕਰਨੀ ਉਹ ਕਰਾਉਣਾ ਆਪਾਂ ਕੰਮ ਹੁਣ ਲਾਇਸੈਂਸ ਲਈ ਉਹ ਵੀ ਤੁਹਾਨੂੰ ਦੱਸਾਂਗੇ ਕੋਈ ਚੱਕਰ ਨਹੀਂ ਤੇ ਇੰਡੀਆ ਦਾ ਲਾਇਸੈਂਸ ਹੋਣਾ ਜ਼ਰੂਰੀ ਹੈ ਜੇ ਤੁਸੀਂ ਇੱਥੇ ਗੱਡੀਆਂ ਚਲਾਉਣੀਆਂ ਜਾਂ ਕਾਰ ਚਲਾਉਣੀਆਂ ਟਰੱਕ ਚਲਾਉਣੇ ਟਰਾਲੇ ਚਲਾਉਣੇ
ਜਦੋਂ ਮਸ਼ੀਨ ਚਲਾਣੀ ਆ ਤੁਹਾਡੇ ਕੋਲ ਐਕਸਪੀਰੀਅੰਸ ਲੈਟਰ ਹੋਣਾ ਜ਼ਰੂਰੀ ਆ, ਲਾਇਸੈਂਸ ਦੀ ਕੋਈ ਲੋੜ ਨਹੀਂ ਤੇ ਬਾਕੀ ਕੰਮ ਵਧੀਆ ਭਾਜੀ, ਵਧੀਆ ਚਾਹੀਦਾ ਬੰਦੇ ਨੂੰ, ਮੈਂ ਕਹਿਣਾ ਚਾਹੀਦਾ ਨਜ਼ਾਰੇ ਲੱਗੇ ਆ। ਹਾਂ ਬਹੁਤ ਵਧੀਆ ਨਜ਼ਾਰੇ ਪੂਰੇ ਹੈ, ਨਜ਼ਾਰੇ ਵਧੀਆ ਜੀ, ਕੋਈ ਦਿੱਕਤ ਨਾ ਨਾ ਕੋਈ ਦਿੱਕਤ ਨਹੀਂ। ਹਾਂਜੀ ਭਾਜੀ, ਤੇ ਭਾਜੀ ਇੱਕ ਗੱਲ ਆਪਣੇ ਹੋਰ ਸੀ ਮੈਨੂੰ ਹੁਣ ਆਈ ਦਿਮਾਗ 'ਚ। ਹਾਂਜੀ, ਮੈਂ ਕਿਹਾ ਨਾਲੇ ਹੁਣ ਕਈ ਬੰਦੇ ਹਨ ਤਨਖਾਹ ਵੀ ਪੁੱਛਣੀ ਆ, ਤਨਖਾਹ ਕਿੰਨੀ ਆ ਜੀ ਸੀ ਬੀ 'ਚ, ਤੇ ਉਹ ਵੀ ਉਹਦੇ ਬਾਰੇ ਵੀ ਮਾੜਾ ਦੱਸੋ ਕੀ ਹਿਸਾਬ ਕਿਤਾਬ ਆ ਤਨਖਾਹ ਦੇ। ਤਨਖਾਹ ਜੀ ਕੰਪਨੀ ਕੰਪਨੀ ਦਾ ਹਿਸਾਬ ਹੁੰਦਾ, ਕਈ ਕੰਪਨੀਆਂ 'ਚ ਜਿੱਦਾਂ 800 ਯੂਰੋ ਲੱਗਦੀ ਆ ਬੇਸਿਕ 8 ਘੰਟਿਆਂ ਦੀ, ਠੀਕ ਹੈ ਨਾ, ਕਈਆਂ 'ਚ 850, ਕਈਆਂ 'ਚ 750, ਕੰਪਨੀ ਕੰਪਨੀ ਦਾ ਹਿਸਾਬ ਹੁੰਦਾ। 8 ਘੰਟਿਆਂ ਦੀ ਆ, 2 ਘੰਟੇ ਓਵਰ ਟਾਈਮ ਆ, ਜਿਹਦੇ 'ਚੋਂ ਸੈਚਰਡੇ ਸੰਡੇ ਛੁੱਟੀ ਆ, ਕਈ ਵਾਰੀ ਸੈਚਰਡੇ ਲੱਗ ਜਾਂਦਾ ਆ, ਸੰਡੇ ਦੀ ਪਰਮਾਨੈਂਟ ਛੁੱਟੀ ਹੈ ਭਾਈ, ਮਹੀਨੇ 'ਚ 4 ਛੁੱਟੀਆਂ ਤਾਂ ਹੈ ਹੀ ਹੈ, ਸੰਡੇ ਦੀ ਹੋ ਗਈ ਮਿਲਾ ਕੇ 8 ਵੀ ਛੁੱਟੀਆਂ ਹੋ ਜਾਂਦੀਆਂ। ਇਹ 8 ਘੰਟਿਆਂ ਦੀ ਤੁਹਾਡੀ ਬੇਸਿਕ ਲੱਗ ਜਾਂਦੀ ਹੈ ਜੀ, ਕੰਪਨੀ ਹਿਸਾਬ ਨਾਲ 850, 800, 750 ਵੀ ਲੱਗ ਜਾਂਦੀ ਹੈ। ਉੱਦਾਂ ਕਿੰਨੇ ਬਣੇ ਭਾਈ ਆਪਣੀ ਯਾਰ ਓਵਰ ਟਾਈਮ? 800 ਹੋ ਜੇ, ਤੁਸੀਂ 90 ਦੇ ਹਿਸਾਬ ਨਾਲ ਲਾ ਲਓ ਤੁਸੀਂ 72,000 ਰੁਪਇਆ ਬੇਸਿਕ, ਪਰ ਕਈ ਕੰਪਨੀ ਟੈਕਸ ਕਰਦੀਆਂ ਨੇ, ਬਹੁਤ ਜ਼ਿਆਦਾ ਟੈਕਸ ਕਟਾਉਂਦੇ ਆ। ਹਾਂਜੀ ਹਾਂਜੀ, ਉਸ ਹਿਸਾਬ ਨਾਲ ਠੀਕ ਹੈ ਭਾਅ ਜੀ। ਅਤੇ ਯਾਨੀ ਕਿ ਪੂਰਾ, ਯਾਨੀ ਕਿ ਸ਼ਨੀਵਾਰ ਵੀ ਲੱਗਣ, ਪੂਰਾ ਕੰਮ ਲੱਖ ਲੱਖ ਤੱਕ ਆ ਜਾਂਦੀ ਹੈ, ਲੱਖ ਤੱਕ ਆ ਜਾਂਦੀ ਹੈ, ਟੈਕਸ ਕੱਟ ਕੁੱਟ ਕੇ ਸਾਰੇ ਲੱਖ ਤੱਕ ਆ ਜਾਂਦੀ ਹੈ, ਟੈਕਸ ਕੱਟ ਕੁੱਟ ਕੇ। ਜਿੱਦਾਂ ਤੁਸੀਂ ਪਹਿਲੀ ਕੰਪਨੀ ਵਿੱਚ ਤਾਂ ਜ਼ਿਆਦਾ ਮਰਦੇ ਹੋ ਜੀ, ਤੁਸੀਂ ਕੰਮ ਵੀ ਮੈਂ ਸਾਰੇ ਕਰਦੇ ਸੀ, ਉਹਦੇ ਸਾਰੇ ਕੰਮ ਕਰੀਦੇ ਸੀ, ਉਹ 'ਚ ਫਿਰ ਟੈਕਸ ਨਹੀਂ ਘਰਾਉਂਦਾ ਸਾਡਾ, ਨਹੀਂ ਬਣਦੀ ਉਹ ਦਿੰਦੇ ਸੀ। ਠੀਕ ਹੈ, ਤੁਸੀਂ ਮੈਨੂੰ ਪਹਿਲਾਂ ਦੱਸਿਆ ਸੀ ਕੈਮਰੇ ਤੋਂ 1.5-2 ਲੱਖ ਕਮਾਉਂਦੇ ਰਹੇ। ਹਾਂਜੀ, 1.5 ਲੱਖ ਰੁਪਇਆ ਅਸੀਂ ਪਹਿਲੇ ਮਹੀਨੇ ਕਮਾਇਆ ਸੀ ਜੀ, ਉਹਦੇ ਵਿੱਚ 12 ਘੰਟੇ ਡਿਊਟੀ ਸੀ, ਕੋਈ ਸੰਡੇ ਛੁੱਟੀ ਨਹੀਂ, ਕੋਈ ਸੈਚਰਡੇ ਛੁੱਟੀ ਨਹੀਂ। ਸਹੀ ਹੈ ਭਾਈ, ਪਰ ਕੰਮ ਉਦੋਂ ਸਰੀਰ ਵੀ ਸਾਡਾ ਮਤਲਬ ਇਸ ਦੇ ਹੀ ਹੋ ਗਈ ਸੀ, ਹੁਣ ਰੈਸਟ ਵੀ ਹੈਗੀ ਆ, ਸਰੀਰ ਵੀ ਵਧੀਆ ਹੋ ਗਏ ਆ, ਚਲੋ ਪੈਸੇ 4 ਘੱਟ ਕਮਾ ਲਈ, ਸਰੀਰ ਦਾ ਵੀ ਧਿਆਨ ਰੱਖੀਏ ਪੂਰੀ ਜਿੰਨੀ ਚਿਰ ਕੰਮ। ਇਹ ਤਾਂ ਹੈ ਭਾਈ। ਅਤੇ ਬਾਕੀ ਇਹ ਸੀ ਵੀਡੀਓ ਅੱਜ ਦੀ, ਅਤੇ ਭਾਜੀ ਦਾ ਬਹੁਤ ਬਹੁਤ ਧੰਨਵਾਦ, ਇੰਨਾ ਟਾਈਮ ਦਿੱਤਾ, ਸਾਡੇ ਨਾਲ ਹੀ ਕੰਮ ਕਰਦੇ ਆ, ਬਹੁਤ ਵਧੀਆ ਆ, ਅਤੇ ਮਿਲਦੇ ਹਾਂ ਤੁਹਾਨੂੰ।